ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਬਲੌਗਸ 'ਤੇ। ਅਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਅਤੇ ਇਸੇ ਉਮੀਦ ਦੇ ਨਾਲ ਆਪਾਂ ਬਲੌਗ ਦੀ ਸ਼ੁਰੂਆਤ ਕਰਦੇ ਹਾਂ। ਅਤੇ ਸੂਰਜ ਵੀ ਨਿਕਲੇ ਆਇਆ, ਥੋੜ੍ਹਾ ਥੋੜ੍ਹਾ ਨਿਕਲਿਆ, ਥੋੜ੍ਹਾ ਥੋੜ੍ਹਾ, ਪਤਾ ਨਹੀਂ ਕਿੱਥੇ ਕਹਾਂ, ਇੱਥੇ ਕੁ ਦਿਨ ਆ, ਥੋੜ੍ਹਾ ਥੋੜ੍ਹਾ ਜਿਹਾ। ਅਤੇ ਧੁੰਦ ਜੀ ਪਈ ਹੋਈ ਆ, ਧੁੰਦ ਤੁਹਾਨੂੰ ਪਤਾ ਬਹੁਤ ਜ਼ਿਆਦਾ ਪੈਂਦੀ ਆ, ਅਤੇ ਹਾਲੇ ਵੀ ਉਤਰੀ ਨਹੀਂ ਮਾੜਾ ਮਾੜੇ ਜੀ ਹੈਗੀ ਆ। ਅਤੇ ਹੋਰ ਸੁਣਾਓ ਜੀ, ਕੀ ਹਾਲ ਚਾਲ ਨੇ? ਠੰਡ ਨੇ ਕਰਤੇ ਬੁਰੇ ਹਾਲ ਨੇ ਸਾਰਿਆਂ ਦੇ। ਦਸੰਬਰ ਦਾ ਮਹੀਨਾ ਬਣਾ ਤਾ 15 ਦਿਨ ਪਹਿਲਾਂ ਹੀ। ਅਤੇ ਆਪਾਂ ਬਣਾਉਂਦੇ ਹਾਂ ਸਾਗ ਚੁੱਲ੍ਹੇ ਪਰ। ਅੱਗ ਉੱਗ ਮੈਂ ਬਾਲ ਲਈ, ਪਾਣੀ ਰਿੱਝੀ ਜਾਂਦਾ ਉਹ 'ਚ ਸਾਗ ਪਾਉਣਾ ਸਾਨੂੰ। ਅੱਗ ਮੈਂ ਪਹਿਲਾਂ ਬਾਲਤੀ, ਅੰਦਰ ਮੈਂ ਸਾਗ ਚੀਰਨ ਲੱਗ ਗਈ। ਅਤੇ ਹੁਣ ਮੈਂ ਕਿਹਾ ਵੀ ਚਲੋ ਮੈਂ ਵਲੌਗ ਵੀ ਸ਼ੁਰੂ ਕਰ ਲਵਾਂ, ਫਿਰ ਟਾਈਮ ਨਹੀਂ ਲੱਗਣਾ, ਫਿਰ ਭੁੱਲ ਜਾਊਂਗੀ। ਅਤੇ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ, ਠੀਕ ਆ ਜੀ। ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਇੱਕ ਪਿਆਰਾ ਜਿਹਾ ਆਪਣਾ ਕਮੈਂਟਸ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ, ਠੀਕ ਆ ਜੀ। ਅਤੇ ਲਓ ਜੀ, ਸਾਗ ਆਪਾਂ ਚੀਰ ਲਿਆ। ਚੀਰ ਤਾਂ ਮੈਂ ਅੰਦਰ ਹੀ ਲਿਆ ਸੀਗਾ, ਅਤੇ ਅੱਗ ਉੱਗ ਪਹਿਲਾਂ ਬਾਲ ਲਈ ਸੀ। ਮੈਂ ਅੱਗ ਮਗਣੀ ਪਾ ਗਈ ਸੀ, ਫਿਰ ਇੰਨਾ ਟਾਈਮ ਨਹੀਂ ਲੱਗਿਆ ਹੈਗਾ ਚੁੱਲ੍ਹੇ ਕੋਲੇ, ਅਤੇ ਟਾਈਮ ਦੀ ਬੱਚਤ ਹੋ ਗਈ, ਜਾਨੂੰ ਅੱਗ ਜਿਹੜੀ ਹੈ ਚੱਲ ਪਈ। ਅਤੇ ਮੈਂ ਸਾਗ ਚੀਰ ਲਿਆ, ਚੀਰ ਕੇ ਲਿਆ ਕੇ ਹੁਣ ਆਪਾਂ ਇਹਨੂੰ ਪਤੀਲੇ ਦੇ ਵਿੱਚ ਪਾ ਦਾਂਗੇ ਥੋੜ੍ਹਾ ਥੋੜ੍ਹਾ ਕਰਕੇ। ਪਾਣੀ ਪੂਰਾ ਗਰਮ ਆ, ਗਰਮ ਕੀ ਹੈ ਤਾਂ ਰਿੱਝਦਾ ਹੀ ਸੀਗਾ, ਅਤੇ ਜ਼ਿਆਦਾ ਹੀ ਗਰਮ ਹੋ ਗਿਆ ਸੀ, ਨਹੀਂ ਤਾਂ ਥੋੜ੍ਹਾ ਜਿਹਾ ਗਰਮ ਹੋਏ ਤਾਂ ਚੱਲ ਸਾਗ ਪਾ ਲਈਦਾ। ਅਤੇ ਚਲੋ ਜੀ, ਆਪਾਂ ਥੋੜ੍ਹਾ ਥੋੜ੍ਹਾ ਕਰਕੇ ਇਹਦੇ ਵਿੱਚ ਸਾਗ ਜਿਹੜਾ ਐਡ ਕਰ ਦਿੰਦੇ ਹਾਂ। ਅਤੇ ਪਾਣੀ ਜਿਹੜਾ ਸਾਗ ਦੇ ਵਿੱਚ ਮੈਂ ਉਹ ਪਹਿਲਾਂ ਹੀ ਲਓ ਜੀ, ਸਾਗ ਆਪਾਂ ਨੇ ਪਾਤਾ, ਇਹ ਰਿੱਝਦਾ ਰਹੂਗਾ, ਵਿੱਚ ਵਿੱਚ ਦੀ ਆਪਾਂ ਦੇਖਦੇ ਰਵਾਂਗੇ। ਲੱਕੜ ਵੱਡੀ ਸਾਰੀ ਲਾਤੀ, ਦੁਬਾਰਾ ਦੁਬਾਰਾ ਨਾਲੋ ਕੇਰਾਂ ਹੀ ਵੱਡੀ ਸਾਰੀ ਲਾਣੀ। ਪਹਿਲਾਂ ਤਾਂ ਮੈਨੂੰ ਡਰ ਸੀਗਾ ਵੀ ਇਹ ਚੱਲ ਵੀ ਪਊ, ਲੱਕੜ ਵੀ ਬਹੁਤ ਵੱਡੀ ਆ ਦੇਖੋ, ਅਤੇ ਵੀ ਇਹਨੂੰ ਅੱਗ ਲੱਗ ਵੀ ਜਾਊ, ਬਟ ਅੱਗ ਲੱਗ ਗਈ ਆ। ਅਤੇ ਹੈਗਾ ਇਹ ਤੂਤ, ਤੂਤ ਨੂੰ ਅੱਗ ਲੱਗੀ ਜਾਂਦੀ ਆ। ਇਹ ਡਰ ਸੀ ਵੀ ਚੁੱਲ੍ਹੇ ਦੇ ਵਿੱਚ ਇਹਨੇ ਬਣਨਾ ਹੀ ਨਹੀਂ, ਪਰ ਨਹੀਂ, ਲੱਗ ਗਈ, ਅੱਗ ਵੀ ਲੱਗ ਗਈ ਅਤੇ ਚੁੱਲ੍ਹੇ ਦੇ ਵਿੱਚ ਵੀ ਆ ਗਈ ਲੱਕੜ, ਠੀਕ ਠੀਕ। ਅਤੇ ਸਾਗ ਵਧੀਆ ਰਿੱਝ ਜੂਗਾ, ਧੁੱਪ ਵੀ ਨਿਕਲਿਆ ਜੀ, ਅਤੇ ਹਾਲੇ ਕੰਮ ਕੀ ਰਹਿੰਦਾ, ਸਾਰਾ ਹੀ ਰਹਿੰਦਾ, ਭਾਂਡੇ ਮਾਂਜਣੇ ਆ ਸਵੇਰ ਦੀ ਰੋਟੀ ਵਾਲੇ। 10:15 ਹੋ ਗਏ, ਪਤਾ ਨਹੀਂ ਸਾਢੇ ਹੀ ਹੋ ਗਏ ਹੋਣੇ ਆ, ਹੁਣ ਤਾਂ ਬਹੁਤ ਸਾਰੇ ਕੰਮ ਨੇ ਅੱਜ, ਬਹੁਤ ਬਿਜ਼ੀ ਰੂਟੀਨ ਰਹਿਣ ਵਾਲੀ ਆ, ਰੋਜ਼ ਹੀ ਬਿਜ਼ੀ 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 ਬਿਜ਼ੀ। ਕੱਲ੍ਹ ਵੀ ਪੂਰਾ ਦਿਨ ਬਿਜ਼ੀ ਰਹੇ, ਕੱਲ੍ਹ ਤਾਂ ਵਲੌਗ ਵੀ ਨਹੀਂ ਅਪਲੋਡ ਹੋਇਆ ਗਾ, ਟਾਈਮ ਹੀ ਨਹੀਂ ਲੱਗਿਆ। ਚਲੋ ਜੀ, ਹੁਣ ਦੇਖੀਏ ਕਰੀਏ ਕੋਈ ਕੰਮ, ਕਾਹਨੂੰ ਸੇਕਣਾ ਚੁੱਲ੍ਹੇ ਮੂਹਰੇ ਬਹਿ ਕੇ, ਠੰਡ ਤਾਂ ਹੋ ਗਈ ਪੂਰੀ। ਕੰਮ ਕਰਦਿਆਂ ਨੂੰ ਲੱਗਦੀ ਵੈਸੇ ਉਨੀ ਠੰਡ, ਉੱਦਾਂ ਲੱਗਦੀ ਆ। ਅੱਜ ਮੈਨੂੰ ਥੋੜ੍ਹਾ ਥੋੜ੍ਹਾ ਪਤਾ ਨਹੀਂ ਕੀ ਹੋ ਗਿਆ, ਜ਼ੁਕਾਮ ਜਿਹਾ ਹੋ ਗਿਆ, ਰਿੱਝਣ ਲੱਗ ਜਾਵੇ ਹੁਣ ਇਹਦੇ ਵਿੱਚ। ਫਿਰ ਆਪਾਂ ਪਾਵਾਂਗੇ ਲਸਣ ਮਿਰਚਾਂ, ਹਾਲੇ ਨਹੀਂ ਪਾਉਣੀਆਂ ਗੀਆਂ, ਪਹਿਲਾਂ ਤਾਂ ਇਹਨੂੰ ਪੂਰਾ ਰਿੰਨਣਾ ਆ। ਪਾਲਕ ਨੂੰ ਖਾ ਗਏ ਉਹ ਕੀ ਹੁੰਦੇ ਆ, ਭੱਬੂ ਕੁੱਤੇ ਖਾ ਗਏ ਸਾਰੀ ਪਾਲਕ ਨੂੰ, ਪਾਲਕ ਨਹੀਂ ਸੀਗੀ, ਮਿੱਥੇ ਸੀ, ਧਨੀਆ ਸੀ, ਸਾਗ ਸੀਗਾ ਸਰੋਂ ਦਾ, ਨਰਮ ਨਰਮ ਜਿਹਾ ਸੀਗਾ। ਅਤੇ ਮੁੱਲ ਦਾ ਆਪਾਂ ਤੁਹਾਨੂੰ ਪਤਾ ਹੀ ਆ, ਨਾ ਸਾਗ ਖਾਈਏ ਨਾ ਪਾਲਕ ਖਾਈਏ। ਅਤੇ ਲਓ ਜੀ, ਹੁਣ ਵਾਰੀ ਆ ਗਈ ਲੂਣ ਪਾਉਣ ਦੀ।
ਤੇ ਲੂਣ ਜਿਹੜਾ ਪੈਕਟ ਦੇ ਵਿੱਚੋਂ ਖੋਲਣ ਵਾਲਾ ਸੀਗਾ ਡੱਬੇ ਦੇ ਵਿੱਚ ਵੀ ਪਾਉਣ ਵਾਲਾ ਸੀ ਤੇ ਆਪਾਂ ਹੁਣ ਨਾਲ ਦੀ ਨਾਲ ਡੱਬੇ ਦੇ ਵਿੱਚ ਵੀ ਪਾ ਲੈਂਦੇ ਹਾਂ ਤੇ ਨਾਲ ਦੀ ਨਾਲ ਹੀ ਆਪਾਂ ਸਾਗ ਦੇ ਵਿੱਚ ਵੀ ਐਡ ਕਰ ਦਾਂਗੇ ਤੇ ਲੂਣ ਜਿਹੜਾ ਪ੍ਰੋਪਰ ਪੈਣਾ ਹੀ ਸੀਗਾ ਹੈ ਨਾ ਮਤਲਬ ਪਾਲਕ ਹੈ ਨਹੀਂ ਸੀਗੀ ਬਿਲਕੁਲ ਵੀ ਨਹੀਂ ਸੀਗੀ ਪਾਲਕ ਜੇ ਪਾਲਕ ਹੁੰਦੀ ਤਾਂ ਫਿਰ ਲੂਣ ਥੋੜ੍ਹਾ ਜਿਹਾ ਘੱਟ ਪੈਂਦਾ ਹੁੰਦਾ ਅਤੇ ਨਹੀਂ ਤਾਂ ਸਾਗ ਦੇ ਵਿੱਚ ਲੂਣ ਜਿਹੜਾ ਹੈ ਆਪਾਂ ਨੂੰ 2 ਤੋਂ 3 ਚਮਚੇ ਤਾਂ ਸਾਡੇ ਵਾਲੇ ਸਾਗ ਦੇ ਵਿੱਚ ਪਈ ਜਾਂਦੇ ਹੁੰਦੇ ਹੈ ਨਾ ਇਹ ਸਾਰੇ ਬੰਦੇ ਆਪਦੇ ਆਪਦੇ ਹਿਸਾਬ ਦੇ ਹਿਸਾਬ ਨਾਲ ਪਾਉਂਦੇ ਆ ਕਿੰਨਾ ਕੁ ਸਾਗ ਰੱਖਿਆ ਅਤੇ ਆਹ ਵਾਲੀ ਲੱਕੜ ਦੇਖੋ ਤੁਸੀਂ ਕਿੰਨੇ ਥਾਵਾਂ ਤੋਂ ਅੱਗ ਕੱਢ ਰਹੀ ਸੀਗੀ ਦੇਖ ਲਈਏ ਕਿੱਦਾਂ ਦੀ ਪੋਜੀਸ਼ਨ ਆ ਸਾਗ ਦੀ ਲੱਕੜ ਦੇ ਲਓ ਦੋ ਪਾਰਟ ਹੋ ਗਏ ਸੀ ਇੱਕ ਮੈਂ ਕੱਢ ਕੇ ਰੱਖਤਾ ਤੇ ਇੱਕ ਪੂਰਾ ਸਾਰਾ ਜਲ ਗਿਆ ਹੁਣ ਦੇਖੀਏ ਇਹਨੂੰ ਥੋੜ੍ਹੀ ਦੇਰ ਹੋਰ ਰਿੱਝਣ ਦਿੰਦੇ ਹਾਂ ਢੱਕ ਦਿੰਦੇ ਹਾਂ ਇਹਨੂੰ ਹਾਲੇ ਇਹਦੇ ਵਿੱਚ ਰੱਖਿਆ ਹੋਇਆ ਪਾਣੀ ਗਰਮ ਹੋ ਜਾਂਦਾ ਫਿਰ ਨਾਲ ਦੀ ਨਾਲ ਪਾਣੀ ਅਤੇ ਅੱਗ ਕਰ ਦਈਏ ਗਾਹਾਂ ਸਾਰੀ ਲੱਕੜ ਮੱਚ ਗਈ ਅੱਜ ਆਪਾਂ ਮੱਕੀ ਦੀਆਂ ਰੋਟੀਆਂ ਬਣਾਵਾਂਗੇ ਯਾਰ ਦੇ ਸਕੂਲੋਂ ਆਉਂਦੇ ਨੂੰ ਬਣਾ ਲੈਂਦੇ ਹਾਂ ਹੈ ਨਾ ਤੁਸੀਂ ਖਾਓਗੇ ਖਾ ਲਾਂਗੇ ਖਾਓਗੇ ਤਾਂ ਹੀ ਤਕੜੇ ਹੋਊਂਗੇ ਮੱਖਣ ਬਣਾਉਣੀ ਹੈ ਪਹਿਲਾਂ ਤਾਂ ਹੁਣ ਮੈਂ ਬਾਕੀ ਕੰਮ ਬਾਅਦ 'ਚ ਪਹਿਲਾਂ ਸਾਗ ਦੇ ਨਾਲ ਮੱਖਣ ਜ਼ਰੂਰੀ ਆ ਲਓ ਜੀ ਸਾਗ ਆਪਣਾ ਰਿੱਝ ਗਿਆ ਇੰਨਾ ਸਾਰਾ ਲਸਣ ਪਾ ਦਾਂਗੇ ਅਤੇ ਇਹਦੇ ਵਿੱਚ ਅਦਰਕ ਹਰੀਆਂ ਮਿਰਚਾਂ ਥੱਲੇ ਨੇ ਹਰੀਆਂ ਮਿਰਚਾਂ ਹੈਗੀਆਂ 10-12 ਕੁ ਸਾਗ ਤਾਂ ਬਹੁਤ ਵਧੀਆ ਰਿੱਝ ਗਿਆ ਸਾਰਾ ਕੰਮ ਕਰ ਲਿਆ ਮੈਂ ਸਾਗ ਧਰ ਕੇ ਇਹ ਗ੍ਰੈਂਡ ਕਰਕੇ ਤਾਂ ਨਹੀਂ ਪਾਇਆ ਕਿਉਂਕਿ ਮੈਂ ਸਾਗ ਹੀ ਗ੍ਰੈਂਡ ਕਰਨਾ ਹੈ ਤੇ ਲਓ ਜੀ ਸਾਗ ਜਿਹੜਾ ਆਪਣਾ ਬਣ ਗਿਆ ਮਸਾਲੇ ਵੀ ਇਹਦੇ ਵਿੱਚ ਉਹ ਪਾਤੇ ਸੀਗੇ ਲਸਣ ਹਰੀ ਮਿਰਚ ਅਦਰਕ ਹੈ ਨਾ ਉਹ ਵੀ ਰਿੱਝ ਗਏ ਆ ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹੈ ਨਾ ਉਹ ਆਲਣ ਮੱਕੀ ਦੇ ਆਟੇ ਦਾ ਅਤੇ ਮੈਂ ਇਹਨੂੰ ਗ੍ਰੈਂਡ ਕਰ ਲਿਆ ਸੀ ਗ੍ਰੈਂਡ ਕਰਕੇ ਇੱਕ ਵਾਰੀ ਫਿਰ ਤੋਂ ਚੁੱਲ੍ਹੇ ਉੱਪਰ ਰੱਖਤਾ ਸੀ ਮੈਂ ਕਿਹਾ ਚੰਗੀ ਤਰ੍ਹਾਂ ਰਿੱਝ ਜੇ ਜਾਵੇ ਹੁਣ ਇਹਦੇ ਵਿੱਚ ਬਸ ਜ਼ਿਆਦਾ ਕੁਛ ਨਹੀਂ ਕਰਨਾ ਆਪਾਂ ਨੇ ਆਟਾ ਹੀ ਮਿਕਸ ਕਰਨਾ ਆ ਹੈ ਨਾ
ਕਿਉਂਕਿ ਜੇ ਮਤਲਬ ਘੋਟਣੇ ਨਾਲ ਘੋਟਿਆ ਤਾਂ ਜਾਂਦਾ ਆ, ਹੋਰ ਤਾਂ ਇਹਦੇ ਵਿੱਚ ਕੋਈ ਬਾਹਲੀ ਵੱਡੀ ਗੱਲ ਨਹੀਂ ਹੈਗੀ। ਅਤੇ ਬਸ ਉਹ ਹੋ ਗਿਆ ਨਾ, ਸੁੱਖ ਪੈ ਗਿਆ ਗਰੈਂਡਰ ਦਾ, ਬਲੈਂਡਰ ਹੁੰਦਾ ਵੈਸੇ, ਬਲੈਂਡਰ ਦਾ ਸੁੱਖ ਪੈ ਗਿਆ। ਅਤੇ ਸੁੱਖ ਵੀ ਐਡਾ ਪਿਆ ਵੀ ਬਸ ਹੁਣ ਤਾਂ ਕਦੇ ਹੱਥ ਨਾਲ ਘੋਟਿਆ ਨਹੀਂ। ਵੈਸੇ ਮੈਂ ਘੋਟ ਵੀ ਲੈਂਦੀ, ਪਿਛਲੇ ਸਾਲ ਬਲੈਂਡਰ ਆਪਣਾ ਖਰਾਬ ਸੀ, ਪਿਛਲੇ ਸਾਲ ਤਾਂ ਮੇਰੇ ਖਿਆਲ ਨਾਲ ਜਿੰਨਾ ਵੀ ਸਾਗ ਬਣਿਆ ਮੈਂ ਉਹ ਹੱਥ ਨਾਲ ਹੀ ਘੋਟਿਆ, ਪਤਾ ਨਹੀਂ ਕੀ ਦਿਮਾਗ ਨੂੰ ਹੋਇਆ ਸੀ। ਇਹ ਮੈਨੂੰ ਬਹੁਤ ਵਾਰੀ ਕਹਿੰਦੇ ਸੀ ਦੇਹ ਕੱਢ ਕੇ, ਮੈਂ ਠੀਕ ਕਰਵਾ ਲਿਆ ਮੈਂ ਦੇਹ ਕੱਢ ਕੇ, ਮੈਂ ਕਹਿੰਦੀ ਬਸ ਚੱਲ ਹੋ ਗਿਆ ਹੋ ਗਿਆ ਹੋ ਗਿਆ, ਆਹ ਲਾਸਟ ਸਾਗ ਆ ਲਾਸਟ ਸਾਗ ਆ, ਕੋਈ ਸਾਗ ਖਾਂਦਾ ਤਾਂ ਹੈ ਨਹੀਂ, ਖਾਂਦਾ ਤਾਂ ਹੈ ਨਹੀਂ, ਇੱਦਾਂ ਕਰ ਕਰਕੇ ਬਸ ਮੈਂ ਜਿਵੇਂ ਕਹਿੰਦੇ ਹੈ ਨਾ ਕੱਢ ਲਿਆ ਟਾਈਮ। ਬਸ ਇਸ ਵਾਰ ਹੁਣ ਸ਼ੁਰੂ ਦੇ ਵਿੱਚ ਇਹ ਕਾਫੀ ਚੀਜ਼ਾਂ ਸੀਗੀਆਂ, ਦੋ ਤਿੰਨ ਚੀਜ਼ਾਂ ਸੀ, ਇਹ ਮੈਨੂੰ ਕਹਿੰਦੇ ਉਹ ਵੀ ਦੇ ਦੇ ਉਹ ਵੀ ਦੇ ਦੇ ਉਹ ਵੀ ਦੇ ਦੇ, ਆਪਾਂ ਸਾਰੀਆਂ ਚੀਜ਼ਾਂ ਫੜਾਤੀਆਂ, ਲਓ ਫੜੋ ਬਈ ਠੀਕ ਕਰਾ ਲਿਓ। ਅਤੇ ਹੋਇਆ ਵੀ ਬਹੁਤ ਵਧੀਆ ਹੈ ਨਾ, ਜਿਵੇਂ ਕਹਿੰਦੇ ਵੈਗਰੂ ਨੇ ਕੋਈ ਟਾਈਮ ਹੁੰਦਾ ਵੀ ਉਹਨੇ ਠੀਕ ਹੋਣਾ ਸੀ, ਅਤੇ ਉੱਪਰੋਂ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਮੇਰੇ ਕੋਲ ਹੁਣ ਟਾਈਮ ਦੀ ਬਹੁਤ ਜ਼ਿਆਦਾ ਸ਼ੋਰਟਸ ਆ ਨਾ, ਅਤੇ ਬਹੁਤ ਜ਼ਿਆਦਾ ਕੰਮ ਕਰਨੇ ਹੁੰਦੇ ਆ। ਅਤੇ ਅੱਗੇ ਤਾਂ ਜਿਵੇਂ ਸਾਗ ਬਣਾਉਂਦੀ ਸੀ ਮੈਂ ਪਸ਼ੂਆਂ ਦਾ ਕੰਮ ਨਹੀਂ ਸੀ ਕਰਦੀ ਹੁੰਦੀ, ਮੇਰੇ ਕੋਲ ਇਹ ਬਹਾਨਾ ਹੁੰਦਾ ਸੀ ਮੈਂ ਤਾਂ ਸਾਗ ਬਣਾਇਆ, ਅੱਜ ਨਹੀਂ ਮੈਂ ਕੰਮ ਕਰੂੰਗੀ, ਅੱਜ ਨਹੀਂ ਮੈਂ ਧਾਰ ਚੋਂਗੀ। ਅਤੇ ਹੁਣ ਤਾਂ ਮੈਂ ਕੋਈ ਬਹਾਨਾ ਵੀ ਨਹੀਂ ਲਾ ਸਕਦੀ ਸੀ ਹੈ ਨਾ, ਕਿਉਂਕਿ ਮੈਨੂੰ ਧਾਰ ਕੱਢਣੀ ਹੀ ਪੈਣੀ ਸੀ ਅਤੇ ਪਸ਼ੂਆਂ ਨੂੰ ਕੱਖ ਪੱਠੇ ਪਾਉਣੇ ਹੀ ਪੈਣੇ ਸੀ ਹੈ ਨਾ। ਅਤੇ ਚਲੋ ਜੀ, ਨਾਲ ਦੀ ਨਾਲ ਮੈਂ ਪਤਾ ਲੈਂਦਾ ਨਹੀਂ, ਇੱਥੇ ਮੈਂ ਚਾਹ ਪੀਤੀ ਸੀਗੀ, ਹਾਂ ਚਾਹ ਪੀਣ ਦਾ ਅੱਜ ਤਾਂ ਹੁਣ ਤਾਂ ਮੇਰੇ ਕੋਲ ਟਾਸ ਚਾਹ ਪੀਣ ਦਾ ਵੀ ਟਾਈਮ ਨਹੀਂ ਹੁੰਦਾ, ਜਿਹੜਾ ਕਿ ਮੈਂ ਬਹਾਨਾ ਮਾਰਦੀ ਹੁੰਦੀ ਮੈਂ ਤਾਲੇ ਚਾਹ ਪੀਣੀ ਆ ਚਾਹ ਪੀਣੀ ਆ, ਅਤੇ ਹੁਣ ਤਾਂ ਪੀਣ ਦਾ ਵੀ ਟਾਈਮ ਨਹੀਂ ਹੁੰਦਾ। ਅਤੇ ਦੂਜਾ ਰਹਿ ਮੈਂ ਇਕੱਲੀ ਗਈ ਚਾਹ ਪੀਣ ਨੂੰ, ਮੇਰਾ ਪਾਰਟਨਰ ਮੇਰਾ ਸਾਥ ਨਹੀਂ ਦਿੰਦਾ ਹੈਗਾ, ਹੁਣ ਮੈਂ ਕੀ ਕਰਾਂ, ਹੁਣ ਮੈਨੂੰ ਇੱਕ ਗਲਾਸ ਚਾਹ ਦਾ ਬਣਾ ਕੇ ਪੀਣਾ ਵੀ ਔਖਾ ਲੱਗਦਾ ਆ ਹੈ ਨਾ। ਅਤੇ ਪੀਣੀ ਤਾਂ ਪੈਂਦੀ ਆ ਵੀ ਚਾਹ ਪੀਤੇ ਬਿਨਾਂ ਮੇਰੇ ਤੋਂ ਕੰਮ ਨਹੀਂ ਹੁੰਦਾ ਹੈਗਾ, ਅਤੇ ਪਰ ਔਖਾ ਬਹੁਤ ਲੱਗਦਾ ਆ। ਮੇਰਾ ਪਾਰਟਨਰ ਤਾਂ ਹੁਣ ਮੈਨੂੰ ਲੱਗਦਾ ਵੀ ਇਹ ਜਿਹੜੀ ਚੀਜ਼ ਛੱਡ ਦਿੰਦੇ ਆ ਤਾਂ ਛੱਡ ਦਿੰਦੇ, ਇਹ ਗੱਲ ਸਾਡੇ ਦੋਨਾਂ ਦੇ ਵਿੱਚ ਇਕੁਲ ਇਕੁਲ ਹੈਗੀ ਆ, ਚਾਹੇ ਉਹ ਕੋਈ ਇਨਸਾਨ ਆ, ਚਾਹੇ ਉਹ ਕੋਈ ਚੀਜ਼ ਆ, ਚਾਹੇ ਉਹ ਕੋਈ ਖਾਣ ਵਾਲਾ ਪਦਾਰਥ ਆ, ਜਾਣੀ ਕਿ ਕੋਈ ਵੀ ਚੀਜ਼ ਆ, ਜੇ ਅਸੀਂ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਉਹ ਛੱਡਤੀ ਨਾ, ਮੈਨੂੰ ਨਹੀਂ ਲੱਗਦਾ ਵੀ ਅਸੀਂ ਉਹ ਚੀਜ਼ ਵੱਲ ਦੁਬਾਰਾ ਦੇਖਦੇ ਹਾਂ। ਜਿੱਦਾਂ ਹੁਣ ਹਸਬੈਂਡ ਨੇ ਮੇਰੇ ਨਾਲ ਚਾਹ ਛੱਡਤੀ ਆ ਹੈ ਨਾ, ਵੀ ਇਹਨਾਂ ਨੂੰ ਲਾਸਟ ਚਾਹ ਮੈਂ ਸ਼ਾਇਦ 2 ਤਰੀਕ ਨੂੰ ਥੋੜ੍ਹੀ ਜਿਹੀ ਪਿਆਈ ਸੀ ਵੀ ਚਲੋ ਤੁਸੀਂ ਥੋੜ੍ਹੀ ਜਿਹੀ ਚਾਹ ਪੀ ਲਓ ਹੈ ਨਾ। 2 ਨਵੰਬਰ ਹੀ ਚੱਲਦਾ ਹਾਂ ਹੈ ਨਾ, ਵੀ ਮੈਂ ਉੱਦਣ ਇਹਨਾਂ ਨੂੰ ਥੋੜ੍ਹੀ ਜਿਹੀ ਚਾਹ ਬਣਾਈ ਸੀ ਵੀ ਤੁਸੀਂ ਚਾਹ ਪੀ ਲਓ ਹੈ ਨਾ, ਤੁਹਾਡਾ ਥੋੜ੍ਹਾ ਜਿਹਾ ਠੀਕ ਜਿਹਾ ਹੋ ਜੂਗਾ। ਉਹ ਵੀ ਥੋੜ੍ਹੀ ਜਿਹੀ ਮਤਲਬ ਨਿੱਕੀ ਜਿਹੀ ਕੱਪੀ, ਇਹਨਾਂ ਨੇ ਉਹਦੇ 'ਚੋਂ ਵੀ ਅੱਧੀ ਪੀਤੀ ਹੈ, ਕਹਿੰਦੇ ਨਹੀਂ ਬਸ ਮਤਲਬ ਉੱਦਣ ਦੀ ਇਹਨਾਂ ਨੇ ਮੁੜ ਕੇ ਚਾਹ ਨਹੀਂ ਪੀਤੀ ਗੀ, ਛੱਡਤੀ ਤਾਂ ਛੱਡਤੀ, ਮੈਨੂੰ ਨਹੀਂ ਲੱਗਦਾ ਇਹ ਹੁਣ ਲਾਈਫ ਟਾਈਮ ਕਦੇ ਵੀ ਨਹੀਂ ਚਾਹ ਪੀਣਗੇ। ਅਤੇ ਇੱਦਾਂ ਹੀ ਹੁਣ ਮੈਂ ਗੱਲ ਕਰਦੀ ਸੀਗੀ ਵੀ ਜਿਹੜੀ ਚੀਜ਼ ਨੂੰ ਅਸੀਂ ਛੱਡ ਦਿੰਦੇ ਹਾਂ ਤਾਂ ਛੱਡ ਦਿੰਦੇ ਹਾਂ, ਕਈ ਲੋਕ ਇਹੋ ਜਿਹੇ ਵੀ ਹੁੰਦੇ ਆ, ਅਤੇ ਹੁਣ ਤੁਸੀਂ ਕਹੋਗੇ ਗੱਲ ਨੂੰ ਕਿੱਥੋਂ ਕਿੱਥੇ ਲੈ ਗਈ, ਇਹ ਲੋਕ ਹੀ ਨੇ ਜਿਹੜੇ ਦਿਮਾਗ ਘੁਮਾਉਂਦੇ ਆ, ਉਹਨਾਂ ਨੂੰ ਇਹ ਨਹੀਂ ਸਮਝ ਲੱਗਦੀ ਬੇਵਕੂਫਾਂ ਨੂੰ ਵੀ ਜਦੋਂ ਤੁਹਾਨੂੰ ਇੰਨੇ ਸਾਲ ਹੋ ਗਏ ਅਸੀਂ ਦੁੱਧ 'ਚੋਂ ਮੱਖੀਆਂ ਵਾਂਗ ਕੱਢ ਕੇ ਛੱਡਿਆ ਸੀ, ਤੁਹਾਨੂੰ ਸਮਝ ਨਹੀਂ ਲੱਗਦੀ ਹੈਗੀ, ਤੁਸੀਂ ਵਾਰ ਵਾਰ ਆ ਕੇ ਮੇਰੀ ਲਾਈਫ ਦੇ ਵਿੱਚ ਟੌਂਚ ਮਾਰਦੇ ਹੋ, ਕਿਸੇ ਕਦੇ ਕਿਸੇ ਵੀਡੀਓ 'ਤੇ ਆ ਕੇ ਕੋਈ ਕਮੈਂਟ ਕਰਦੇ ਹੋ, ਕਦੇ ਕਿਸੇ ਜਾਤ ਪਾਤ ਦਾ ਕਮੈਂਟ ਕਰਦੇ ਹੋ, ਮੈਂ ਮਾਲਕ ਹਾਂ ਠੀਕ ਆ। ਜਿਹੜੀਆਂ ਚੀਜ਼ਾਂ ਨੂੰ ਤੁਸੀਂ ਤਰਸਦੇ ਹੋ ਨਾ, ਉਹ ਚੀਜ਼ਾਂ ਵੈਗਰੂ ਮੈਨੂੰ ਨੋਰਮਲੀ ਦੇਈ ਜਾ ਰਿਹਾ ਠੀਕ ਆ। ਮੈਂ ਕਦੇ ਇਹ ਨਹੀਂ ਕਿਹਾ ਹੈਗਾ ਵੀ ਫਲਾਣੇ ਥਾਂ 'ਤੇ ਜਾ ਕੇ ਮੇਰੇ ਬੱਚੇ ਮੱਖਣੀ ਨਾਲ ਰੋਟੀ ਖਾ ਲੈਣਗੇ, ਜਾਂ ਮੈਂ ਕਿਸੇ ਦੀ ਫਰਿੱਜ ਖੋਲ੍ਹ ਕੇ ਇਹ ਨਹੀਂ ਕਿਹਾ ਹੈਗਾ ਵੀ ਹਾਏ ਤੁਸੀਂ ਇੰਨਾ ਦੇਸੀ ਘਿਓ ਕਰ ਲਿਆ। ਮੈਂ ਇਹ ਗੱਲਾਂ ਮੇਰੇ ਲਈ ਨੋਰਮਲ ਨੇ ਠੀਕ ਆ। ਮੈਂ ਜਿੱਦਣ ਦੀ ਵੀ ਵਿਆਹ ਕੇ ਇਸ ਘਰ 'ਚ ਆਈ ਹਾਂ, ਮੇਰੇ ਹੱਥ ਦੇ ਵਿੱਚ ਵੈਗਰੂ ਨੇ ਇੰਨੀ ਕੁ ਬਰਕਤ ਪਾਈ ਹੈ ਨਾ, ਮੈਂ ਕਦੇ ਵੀ ਤੰਗੀ ਨਹੀਂ ਦੇਖੀ ਨਾ ਕਿਸੇ ਚੀਜ਼ ਦੀ, ਖਾਣ ਪੀਣ ਦੀ। ਹਾਂ ਜਿੰਨਾ ਟਾਈਮ ਅਸੀਂ ਜੁਆਇੰਟ ਫੈਮਿਲੀ 'ਚ ਰਹੇ ਹਾਂ ਉਨਾ ਟਾਈਮ ਪੈਸੇ ਦੀ ਥੋੜ੍ਹੀ ਜਿਹੀ ਤੰਗੀ ਰਹੀ ਆ, ਉਹ ਤੁਹਾਨੂੰ ਪਤਾ ਉਹ ਸਾਰਿਆਂ ਦੀ ਲਾਈਫ 'ਚ ਹੁੰਦੀ ਆ, ਉਹ ਇਕੱਲੀ ਮੇਰੀ ਨਹੀਂ, ਕਿਉਂਕਿ ਉੱਥੇ ਜਿਹੜਾ ਲਾਣੇਦਾਰ ਹੁੰਦਾ ਹੈ ਉਹ ਸਾਰਿਆਂ ਨੂੰ ਵੰਡ ਕੇ ਦਿੰਦਾ ਹੁੰਦਾ ਆ, ਅਤੇ ਹੁਣ ਮੈਂ ਖੁਦ ਹੀ ਸਾਰਾ ਕੁਛ ਹਾਂ ਠੀਕ ਆ, ਮੈਂ ਖੁਦ ਲਾਣੇਦਾਰ ਹਾਂ ਇਸ ਘਰ ਦੀ ਠੀਕ ਆ।
ਮੈਂ ਮਾਲਕ ਹਾਂ, ਕਦੇ ਤੁਸੀਂ ਮੈਨੂੰ, ਮੈਂ ਖੇਤ 'ਚ ਬੈਠੀ ਕੰਮ ਕਰ ਰਹੀ ਹਾਂ, ਉੱਥੇ ਤੁਹਾਨੂੰ ਪਤਾ ਵੀ ਉਹ ਬਿੱਘਾ, ਇੱਕ ਬਿੱਘਾ ਪੱਠਿਆਂ ਦਾ ਵੱਢਿਆ ਸੀ, ਬਦਤਮੀਜ਼ ਕਮੈਂਟ ਕਰਨ ਤੋਂ ਪਹਿਲਾਂ ਇੰਨਾ ਤਾਂ ਸੋਚ ਲੈਂਦੀ ਵੀ ਇਹ ਮਾਲਕ ਆ ਉਸ ਜਗ੍ਹਾ ਦੀ। ਸਾਰੇ ਜਾਣੇ ਗੁੱਸਾ ਨਾ ਕਰਿਓ, ਜਿਹਨੂੰ ਮੈਂ ਕਿਹਾ ਉਹ ਵੀਡੀਓ ਦੇਖ ਰਹੀ ਆ, ਠੀਕ ਆ। ਇੰਨੇ ਥਾਵਾਂ ਤਾਂ ਤੂੰ ਜਾ ਕੇ ਮੇਰੇ ਪਿੱਛੇ ਛਿੱਤਰ ਖਾ ਲੇ, ਤੂੰ ਮੇਰੇ ਤੋਂ ਵੀ ਛਿੱਤਰ ਖਾਂਦੀ ਆ, ਤੈਨੂੰ ਇੰਨੀ ਸਮਝ ਨਹੀਂ ਲੱਗਦੀ ਵੀ ਅਗਲਾ ਆਪਦੀ ਲਾਈਫ ਦੇ ਵਿੱਚ ਬੜਾ ਸੈੱਟ ਆ, ਕੰਮ ਕਰ ਰਿਹਾ ਆ ਆਪਣੇ ਘਰ ਲਈ ਆਪਣੇ ਬੱਚਿਆਂ ਲਈ, ਤੂੰ ਫਿਰ ਵੀ ਆ ਕੇ ਮੈਨੂੰ ਤੰਗ ਕਰਨਾ ਚਾਹੁੰਦੀ ਆ, ਬਟ ਮੈਂ ਹੁੰਦੀ ਤਾਂ ਨਹੀਂ ਗੀ, ਹੁੰਦੀ ਤਾਂ ਨਹੀਂ ਗੀ ਮੈਂ, ਮੈਨੂੰ ਕੋਈ ਫਰਕ ਤਾਂ ਨਹੀਂ ਪੈ ਰਿਹਾ, ਬੜਾ ਸੋਹਣਾ ਕੰਮ ਕਰਦੇ ਹਾਂ। ਜਿਹੜੀ ਮੈਂ ਤੈਨੂੰ ਫਿਰ ਵੀ ਕਹਿੰਦੀ ਹਾਂ, ਮੈਂ ਕਦੇ ਕਿਸੇ ਨੂੰ ਕੋਈ ਕਹਿ ਦੇਵੇ ਆ ਕੇ ਵੀ ਕੋਈ ਰਿਸ਼ਤੇਦਾਰ, ਅਸੀਂ ਕਦੇ ਕਿਸੇ ਤੋਂ ਦੁੱਧ ਘਿਓ ਖੋਆ ਮੰਗਿਆ, ਤੇਰੇ ਘਰ ਨੂੰ ਦੋ ਦੋ ਡੇਢ ਡੇਢ ਲੀਟਰ ਦੁੱਧ ਮੇਰੇ ਘਰੋਂ ਵੀ ਜਾਂਦਾ ਰਿਹਾ ਵੀ ਚੱਲ ਡੇਢ ਕੁ ਲੀਟਰ ਦੀ ਬੋਤਲ ਉਹ 'ਚ ਪਾ ਦੇ, ਕੋਈ ਗੱਲ ਨਹੀਂ ਮੈਂ ਜਾਂਦਾ ਜਾਂਦਾ ਦੇ ਜੂੰਗਾ, ਠੀਕ ਆ। ਜਿੰਨੇ ਕੁ ਚਾਹ ਪਾਣੀ ਤੁਸੀਂ ਸਾਰੀ ਦਿਹਾੜੀ 'ਚ ਪੀਂਦੇ ਹੋ ਨਾ, ਉਨਾ ਕੁ ਤਾਂ ਮੈਂ ਤੜਕੇ ਤੜਕੇ ਬਣਾ ਕੇ ਪਸ਼ੂਆਂ ਨੂੰ ਵੀ ਪਾ ਦਿੰਦੀ ਹਾਂ, ਠੀਕ ਆ। ਤੇਰੇ ਘਰ ਪਾਈਆ ਦੁੱਧ ਆਉਂਦਾ ਖਨੀ ਨਹੀਂ ਆਉਂਦਾ, ਤੇਰੇ ਚਾਹੁਣ ਵਾਲਿਆਂ ਨੂੰ ਗੁੱਸਾ ਵੀ ਬਹੁਤ ਲੱਗਦਾ ਵੀ ਵੀਡੀਓ 'ਚ ਬੋਲਦੀ ਆ, ਹਾਏ ਵੀਡੀਓ 'ਚ ਬੋਲਦੀ ਆ, ਫਿਰ ਤੂੰ ਡਿੱਗ ਜਾ, ਤੇਰੇ ਰੱਸੀ ਬਾਲਣ ਉਹ, ਤੇਰੇ ਗਲ 'ਚ ਪਟਾ ਬਾਲਣ ਉਹ, ਇੰਨੀ ਕੁ ਸਮਝ ਲੱਗੀ ਸੀ ਤੈਨੂੰ ਵੀ ਉਹ ਵੀਡੀਓ ਦੇਖ ਕੇ। ਮੈਂ ਵੀਡੀਓ ਦੇ ਵਿੱਚ ਖੇਤ 'ਚ ਅਸੀਂ ਕੰਮ ਕਰਦੇ ਹਾਂ, ਨਾਲ ਮੇਰੇ ਦੋ ਵਰਕਰ ਵੀ ਲੱਗੇ ਹੋਏ ਨੇ, ਜੇ ਮੈਂ ਉਸ ਥਾਂ ਦੀ ਮਾਲਕ ਹਾਂ ਮੈਂ ਤਾਂ ਬੈਠੀ ਸੀ ਉੱਥੇ, ਤਾਂ ਕੰਮ ਕਰਦੀ ਸੀ, ਤਾਂ ਮੇਰੇ ਨਾਲ ਦੋ ਵਰਕਰ ਲੱਗੇ। ਤੁਹਾਡੇ ਕੋਲ ਹੈਗਾ, ਪਹਿਲੀ ਗੱਲ ਤਾਂ ਤੂੰ ਇੰਨਾ ਦੇਖ ਵੀ ਮੇਰੇ ਸੱਸ ਸਹੁਰੇ ਨੇ ਸਾਨੂੰ ਸਭ ਕੁਛ ਦਿੱਤਾ ਹੋਇਆ, ਤੁਹਾਨੂੰ ਦਿੱਤਾ, ਉਹ ਚੌਥੇ ਪੰਜਵੇਂ ਪਿੰਡ ਦਾ, ਮੈਂ ਤਾਂ ਜਾਤਾਂ ਬਾਤਾਂ ਨੂੰ ਨਹੀਂ ਕੁਛ ਵੀ ਉਹ ਕਰਦੀ ਹੈਗੀ, ਉਹ ਚੌਥੇ ਪੰਜਵੇਂ ਪਿੰਡ ਦਾ ਤੁਹਾਡਾ ਘਰ ਦੀ ਸਾਰਾ ਕੁਛ ਉਹਦੇ ਕੋਲ ਆ, ਸਾਨੂੰ ਵੀ ਪਤਾ, ਉਹਨੂੰ ਅਸੀਂ ਵੀ ਜਾਣਦੇ ਹਾਂ, ਅਸੀਂ ਰੋਜ਼ ਮਾਰਕੀਟ 'ਚ ਮਿਲਦੇ ਹਾਂ ਉਹ ਬੰਦੇ ਨੂੰ ਜਿਹੜਾ ਤੁਹਾਡੇ ਘਰ ਦੀ ਰਜਿਸਟਰੀ ਦੇ ਕਾਗਜ਼ ਅਤੇ ਤੁਹਾਡੇ ਘਰ ਦਾ ਕਹਿਣਾ ਗਾ ਪਰਖ ਹੀ ਬੈਠਾ। ਮੇਰੇ ਸੱਸ ਸਹੁਰਾ ਸਾਨੂੰ ਸਭ ਕੁਛ ਦੇ ਕੇ ਗਏ ਆ, ਠੀਕ ਆ। ਇੰਨਾ ਕੁ ਵਿਸ਼ਵਾਸ ਮੇਰੇ ਸੱਸ ਸਹੁਰੇ ਨੇ ਕੀਤਾ ਮੇਰੇ 'ਤੇ ਅਤੇ ਆਪਣੇ ਪੁੱਤ 'ਤੇ, ਠੀਕ ਆ। ਰਹੀ ਗੱਲ ਤੇਰੀ, ਤੈਨੂੰ ਆਦਤ ਆ ਤੂੰ ਕਦੇ ਕਿਸੇ, ਪਹਿਲੀ ਗੱਲ ਤਾਂ ਤੂੰ ਮੇਰੇ ਲਈ ਟਾਈਮ ਕੱਢਦੀ ਆ, ਅੱਜ ਲਈ ਇੰਨਾ ਹੀ ਬਹੁਤ, ਮੇਰੀ ਵੀਡੀਓ ਖਤਮ ਹੋ ਗਈ, ਠੀਕ ਆ। ਬੱਤ